ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਕ ਆਪਣੇ ਇਲਾਕੇ ਦੇ ਜਨਰਲ ਸਕੱਤਰ ਹੋ, ਭਾਜਪਾ ਦੇ ਨਾਲ ਸੰਬੰਧ ਰੱਖਦੇ ਹੋ, ਪਰ ਤੁਹਾਡੇ ਇਲਾਕੇ ਵਾਸੀਆਂ ਦੀਆਂ ਘਰਾਂ ਦੀਆਂ ਕੰਧਾਂ ਕੱਚੀਆਂ ਅਤੇ ਸਤੀਰੀ ਅਤੇ ਬਾਲੇ ਵਾਲੀਆਂ ਛੱਤਾਂ ਸਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਵਾਲੇ ਸਰਕਾਰ ਆ ਕਾਂਗਰਸ ਦੀ ਜੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆ ਉਹ ਬਣ ਰਹੀ ਆ, ਉਹ ਅਵਸ਼ ਬਣੀ ਜੀ। ਇਹ ਸਰਕਾਰ ਬਣਨ ਤੋਂ ਬਾਅਦ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਨੇ ਇਹ ਅੱਗੇ ਵੀ ਲੋਕਾਂ ਨੂੰ ਨਹੀਂ ਕਦੀਆਂ ਹੋਈਆਂ ਅਕਾਲੀਆਂ ਦੀ ਸਰਕਾਰ 'ਚ, ਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਬਣ ਗਈ ਇਹ ਮੁਸ਼ਕਲਾਂ ਨਹੀਂ ਹੋਣਗੀਆਂ। ਲੇਕਿਨ ਇਸ ਵੇਲੇ ਇਹਨਾਂ ਨੂੰ ਲੋੜ ਆ ਵਿਚਾਰਿਆਂ ਨੂੰ ਮਦਦ ਦੀ ਜੀ, ਤੇ ਇਹ ਜ਼ਰੂਰ ਕੋਈ ਮਦਦ ਜਿਹੜਾ ਵਾ ਮਦਦਗਾਰ ਇਹਨਾਂ ਦਾ ਉੱਠੇ, ਬੇਸ਼ੱਕ ਥੋੜ੍ਹੇ ਥੋੜ੍ਹੇ ਪੈਸੇ ਦਿਓ। ਹੁਣ ਮੈਂ 1000 ਰੁਪਇਆ ਆਪਣੇ ਵੱਲੋਂ ਇਹਨਾਂ ਨੂੰ ਜਿਹੜਾ ਵਾ ਮਦਦ ਵਜੋਂ ਦਿੱਤਾ ਵਾ ਜੀ, ਤੇ ਇਹ ਆਪਣਾ ਜਿਹੜਾ ਵਾ ਹੋਰ ਵੀ ਕਈ ਭਰਾਵਾਂ ਨੇ ਕੋਈ ਥੋੜ੍ਹੇ ਬਹੁਤ, ਭਾਵੇਂ ਕੋਈ 100 ਰੁਪਈਏ ਦਿੰਦਾ। ਹਾਂਜੀ ਹਾਂਜੀ, ਇਹਨਾਂ ਦੇ ਖੋਈ ਖੋਈ ਨਾਲ ਤਲਾਬ ਭਰ ਜਾਂਦਾ ਵਾ। ਬਿਲਕੁਲ ਬਿਲਕੁਲ, ਇਹਨਾਂ ਦਾ ਲੈਂਡਰ ਪੈ ਜਾਏਗਾ ਜੇ ਕੋਈ ਸੰਸਥਾ ਵਾਲਾ ਸੁਣਦਾ ਵਾ, ਤੇ ਉਹ ਜ਼ਰੂਰ ਇਹ ਗੱਲ ਨੂੰ ਧਿਆਨ ਦੇ ਵਿੱਚ ਲਿਆਉਣ, ਤੇ ਇਹ ਸਭ ਤੋਂ ਵੱਡੀ ਮਦਦ ਆ, ਸਭ ਤੋਂ ਵੱਡਾ ਪੁੰਨ ਆ ਜੇ ਇਹ ਖਟਿਆ ਜਾਵੇ, ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਗੀ ਜੀ। ਬਸ ਮੈਂ ਇਹੋ ਕਹਿਣਾ ਚਾਹੁੰਦਾ ਜੀ, ਤੇ ਮੈਂ ਵੀ ਸਾਰੇ ਆਪਣੇ ਸਰੋਤਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਕਿ ਇਸ ਭੈਣ ਦਾ ਘਰ ਤੁਸੀਂ ਦੇਖ ਰਹੇ ਹੋ ਕਿ ਸਤੀਰੀਆਂ, ਤੇ ਅੰਦਰ ਵੀ ਤੁਹਾਨੂੰ ਦਿਖਾਉਂਦਾ ਵਾ ਕਿ ਬਹੁਤ ਜ਼ਿਆਦਾ ਹਾਲਾਤ ਜਿਹੜੇ ਕਿ ਮਾੜੇ ਆ, ਬਾਲੇ ਵੀ ਜਿਹੜੇ ਟੁੱਟੇ ਹੋਏ ਆ, ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ। ਤੇ ਇਹ ਇਲਾਕਾ ਕੋਟ ਖਾਲਸਾ ਮੱਖਣ ਵਾਲੀ ਟੇਲਰ ਦੀ ਗਲੀ ਆ, ਤੇ ਇਹਨਾਂ ਦੀ ਤੁਸੀਂ ਭੈਣ ਜੀ ਉਹਨਾਂ ਦੀ ਮਦਦ ਜ਼ਰੂਰ ਕਰੋ। ਤੇ ਇਸ ਦੇ ਨਾਲ ਹੀ ਜਾ ਚਾਹੁੰਦੇ ਹਾਂ ਏ ਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ। ਹਾਂਜੀ ਸਰ, ਕੀ ਸਮੱਸਿਆ ਗਈ ਇਸ ਇਲਾਕੇ ਦੀ? ਮੈਂ ਵੇਖੋ ਜੀ, ਆ ਮੱਖਣ ਟੇਲਰ ਵਾਲੀ ਗਲੀ 'ਚ ਬੋਲਣ ਡਿਆ ਜੀ। ਇਹ ਅੱਗੇ ਵੀ ਕੰਪਲੇਂਟਾਂ ਕੀਤੀਆਂ ਨੇ, ਮੈਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਕੇ ਜਿਹੜਾ ਵਾ 2 ਵਾਰੀ ਉਹਨਾਂ ਨੂੰ ਮੰਗ ਪੱਤਰ ਦੇ ਆਇਆ, ਉਹ ਸਾਰੇ ਬਾਜ਼ਾਰ ਗਏ ਆ। ਇਹ ਸਾਰਾ ਬਾਜ਼ਾਰ ਜਿਹੜਾ ਦੁਬਾਰੇ ਬਣਨਾ ਚਾਹੀਦਾ ਵਾ, ਇਹ ਐਕਸੀਡੈਂਟਾਂ ਦਾ ਘਰ ਬਣਿਆ ਪਿਆ ਵਾ। ਉਹ ਵੇਖੋ ਤੁਸੀਂ, ਉਹ ਚੈਂਬਰ ਜਿਹੜਾ ਉਹਦੀ ਪੈਪ ਤੋੜ ਗਿਆ, ਲੋਕੀ ਹੁਣ ਇੱਥੋਂ ਡਿੱਗਦੇ ਆ ਇਹ ਢੱਕਣਿਆ, ਤੇ ਮੈਂ ਕਿੰਨੀ ਵਾਰ ਉਹਨਾਂ ਨੂੰ ਖੁਦ ਕਹਿ ਕੇ ਆਇਆ, ਮੈਂ ਨੇ ਵੀ ਕਿਹਾ ਵਾ, ਲੇਕਿਨ ਕੋਈ ਸੁਣਦਾ ਨਹੀਂ। ਇਹ ਢੱਕਣ ਪੈਣੇ ਚਾਹੀਦੇ ਆ, ਕੋਈ ਕੱਲ ਨੂੰ ਬੱਚਾ ਡਿੱਗ ਪਿਆ ਤੇ ਇਹਦਾ ਕੌਣ ਜ਼ਿੰਮੇਵਾਰ ਹੈ? ਇਹ ਤਾਂ ਫਿਰ ਕਾਰਪੋਰੇਸ਼ਨ ਹੀ ਜ਼ਿੰਮੇਵਾਰ ਹੈ ਜੀ। ਤੇ ਹੋਰ ਕੋਈ ਤੁਹਾਨੂੰ ਇਸ ਇਲਾਕੇ ਦੇ ਵਿੱਚ ਪਰੇਸ਼ਾਨੀ, ਜਿਸ ਤਰ੍ਹਾਂ ਕਿ ਤੁਸੀਂ ਆ ਸੀਵਰ ਵਗੈਰਾ ਟੋਵੇ ਵਗੈਰਾ ਦਿਖਾ ਜਿਹੜੀ ਜ਼ਮੀਨ ਥੱਲੇ ਬਹਿ ਗਈ ਆ? ਜਾਂਦੇ ਰਹੇ ਆ, ਉੱਥੇ ਹੀ ਸਾਰੇ ਅਸੀਂ ਆ ਦਿੱਤੇ ਕਾਗਜ਼ ਕੁਗਜ਼, ਉੱਥੋਂ ਹੀ ਪਾਸ ਹੋਏ ਤੇ ਹੁਣ ਸਾਡੀ ਮਿਲਣੀ ਜੀ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਜਿਹੜੇ ਕਿ ਜਿਹੜੇ ਫਾਰਮ ਭਰੇ ਸੀ ਸੱਤਾਂ ਵਾਲੇ? ਇਹ ਹੋ ਗਏ 3-4 ਸਾਲ। ਹਾਂਜੀ, ਤੇ ਹਜੇ ਤੱਕ ਤੁਹਾਡੀ ਕੋਈ ਸੁਣਵਾਈ ਨਹੀਂ? ਨਾ, ਕਿਸੇ ਨੇ ਸੁਣਾਈ ਨਹੀਂ ਕੀ। ਮੱਖਣ ਟੇਲਰ ਦੀ ਸਭ ਤੋਂ ਵੱਡੀ ਪਰੇਸ਼ਾਨੀ ਬੱਚੇ ਡਿੱਗਣ ਦਾ ਵੀ ਡਰ ਦੇ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਸ ਤਰ੍ਹਾਂ ਜਿਹੜਾ ਕਿ ਖੂਹ ਬਣਿਆ ਹੋਇਆ ਵਾ, ਤੇ ਆਹ ਦੇਖ ਸਕਦੇ ਹੋ ਤੁਸੀਂ ਕਿ